ਅਜੀ ਚੱਬੇਵਾਲ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਆਏ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਏ ਔਰ ਵੱਡੇ ਐਲਾਨ ਜਿਹੜੇ ਨੇ ਕੀਤੇ ਗਏ ਰਾਜਕੁਮਾਰ ਚੱਬੇਵਾਲ ਸਾਡੇ ਨਾਲ ਜੁੜਨ ਗਏ ਔਰ ਲੋਕਾਂ ਦਾ ਪਿਆਰ ਦੇਖ ਲਓ ਕਿਸ ਤਰ੍ਹਾਂ ਦੇ ਨਾਲ ਇਹਨਾਂ ਨੂੰ ਮਿਲ ਰਿਹਾ ਔਰ ਇਹਨਾਂ ਨੂੰ ਹੁਣੇ ਮੈਡਲ ਪਨਾਨ ਗਏ ਤੇ ਇਹ ਜਿਹੜਾ ਹੈਗਾ ਹਾਂ ਪਾਜੀ ਕਿੱਥੋਂ ਮੈਡਲ ਜਿੱਤ ਕੇ ਆਏ ਵੀ ਦੱਸ ਦਿਓ ਨਾਲ ਆਸਟ੍ਰੇਲੀਆ ਸਿਡਨੀ ਸ਼ਹਿਰ ਚੋਂ ਆਇਆ ਸੀ ਵਰਲਡ ਚੈਂਪੀਅਨਸ਼ਿਪ ਕੀ ਬਾਤ ਹੈ ਕੀ ਬਾਤ ਹੈ ਆਸਟ੍ਰੇਲੀਆ ਤੋਂ ਜਿੱਤ ਕੇ ਆਏ ਨੇ ਸਿਡਨੀ ਤੋਂ ਚੱਪੇਵਾਲ ਸਾਹਿਬ ਇੰਨਾ ਪਿਆਰ ਦੇਖ ਕੇ ਆਮ ਲੋਕ ਆਏ ਮੈਡਲ ਪਹਿਨਾਣ ਦੇ ਲਈ ਇਹ ਪਿਆਰ ਕਮਾਣਾ ਬੜੀ ਔਖੀ ਗੱਲ ਹੈ ਜਦੋਂ ਹੁਣ ਪਿਆਰ ਮਿਲ ਰਿਹਾ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਮੈਂ ਧੰਨਵਾਦੀ ਹਾਂ ਆਪਣੇ ਲੋਕਾਂ ਦਾ ਖਾਸ ਤੌਰ ਤੇ ਜਿਹੇ ਨੌਜਵਾਨਾਂ ਦਾ ਜਿਨ੍ਹਾਂ ਦਾ ਬਹੁਤ ਪਿਆਰ ਹਮੇਸ਼ਾ ਮਿਲਿਆ ਤੇ ਖਾਸ ਤੌਰ ਤੇ ਲੋਕਾਂ ਦੇ ਵਿੱਚ ਜਦੋਂ ਤੁਸੀਂ ਕਿਤੇ ਜਾਓ ਵੀ ਤਾਂ ਲੋਕ ਆਪਣੇ ਆਪ ਚ ਜਿਹੜੇ ਲੋਕ ਬਲੇਸਿੰਗਸ ਦਿੰਦੇ ਨੇ ਔਰ ਲੋਕ ਮੈਨੂੰ ਇਹ ਖੁਸ਼ੀ ਹੈ ਕਿ ਲੋਕ ਲੀਡਰ ਨੂੰ ਨਹੀਂ ਤਾਂ ਨਾਰਮਲੀ ਚੰਗਾ ਘੱਟ ਹੀ ਬੋਲਦੇ ਤੁਸੀਂ ਵੀ ਦੇਖਦੇ ਆ ਪਰ ਇਹ ਵੀ ਮੈਨੂੰ ਕੋਈ ਘੱਟ ਘੱਟ ਤੋਂ ਘਟਿਆ ਵੀ ਕੋਈ ਇਹ ਨਹੀਂ ਕਹਿੰਦਾ ਵੀ ਡਾਕਟਰ ਰਾਜ ਨੇ ਕੰਮ ਨਹੀਂ ਕੀਤੇ ਡਾਕਟਰ ਰਾਜ ਮਿਲਦਾ ਨਹੀਂ ਜਾਂ ਡਾਕਟਰ ਰਾਜ ਅਵੇਲੇਬਲ ਨਹੀਂ ਨੋਬਾਡੀ ਸੇਜ਼ ਸੋ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਸੋ ਮੈਂ ਆਪਣੇ ਲੋਕਾਂ ਦਾ ਧੰਨਵਾਦ ਦਿੰਦਾ ਕਿ ਮੈਂ ਇਹ ਜੋ ਉਹਨਾਂ ਦਾ ਪਿਆਰ ਕਮਾਇਆ ਉਨਾਰ ਨੇ ਕੰਮ ਕਰ ਸਕਿਆ ਹਲਕੇ ਦੇ ਵਿੱਚ ਰਿਕਾਰਡ ਤੋੜ ਜਿਹੜਾ ਵਿਕਾਸ ਕੀਤਾ ਮੈਂ ਖੁਸ਼ਕਿਸਮਤ ਹਾਂ ਅੱਜ ਅਰਵਿੰਦ ਕੇਜਰੀ ਵਾਲ ਨੇ ਆਪ ਕਹਿਤਾ ਕਰੇਗਾ ਚੱਬੇ ਵਾਲ ਦੇ ਕੰਮ ਮੈਂ ਕਰਾ ਕੇ ਦਊਂਗਾ ਤੁਹਾਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਕਿਹੜੇ ਕਿਹੜੇ ਕੰਮ ਪਹਿਲੇ ਤੌਰ ਤੇ ਕਿਉਂਕਿ ਉਹਨਾਂ ਨੇ ਇਹ ਵੀ ਬੋਲਿਆ ਕਿ ਇਸ਼ਾਂਕ ਤੇ ਰਾਜਕੁਮਾਰ ਜੀ ਦੋਨੋਂ ਮੇਰੇ ਕੋਲ ਆਏ ਸੀ ਕੰਮ ਦੇ ਔਰ ਅਸੀਂ ਚਰਚਾ ਵੀ ਕੀਤੀ ਔਰ ਪਹਿਲੇ ਤੌਰ ਤੇ ਕੰਮ ਹੋਣਗੇ ਤੇ ਮੈਂ ਸਮਝਦਾ ਕਿ ਡਾਕਟਰ ਇਸ਼ਾਂਕ ਦੀ ਜਿਹੜੀ ਨੌਜਵਾਨ ਬੱਚਾ ਹੈ ਔਰ ਨੌਜਵਾਨ ਐ ਐਮਬੀਬੀਐਸ ਹੈ ਪੋਸਟ ਗ੍ਰੈਜੂਏਟ ਹੈ ਮੈਡੀਕਲ ਪੋਸਟ ਗ੍ਰੈਜੂਏਟ ਹੈ ਸੋ ਉਹਦੀ ਜਿਹੜੀ ਸੋਚ ਹੈ ਜੋ ਉਹਦੀ ਵਿਜਨ ਹੈ ਹਲਕੇ ਨੂੰ ਲੈ ਕੇ ਜੋ ਉਹਨਾਂ ਨੇ ਕੇਜਰੀਵਾਲ ਸਾਹਿਬ ਅੱਗੇ ਰੱਖੀ ਔਰ ਅੱਜ ਮੈਨੂੰ ਇਹ ਖੁਸ਼ੀ ਹੈ ਕੇ केजरीवाल ਸਾਹਿਬ ਨੇ ਉਹਨੂੰ ਪੂਰੀ ਤਰ੍ਹਾਂ ਉੱਤੇ ਸਹਿਮਤੀ ਪ੍ਰਗਟ ਕੀਤੀ ਉਹਨੂੰ ਅਪਰੂਵ ਕੀਤਾ ਔਰ ਮੰਚ ਤੋਂ ਓਪਨਲੀ ਐਲਾਨ ਕੀਤਾ ਉਸ ਦੇ ਵਿੱਚੋਂ ਸਭ ਤੋਂ ਹੈ ਕਿ ਸਭ ਤੋਂ ਵੱਡੀ ਗੱਲ ਕਿ ਆਈਟੀਆਈ ਪੋਲੀਟੈਕਨਿਕ ਕਾਲਜ ਜਿਹੜਾ ਕਿ ਲੋਕ ਸਾਡੇ ਇੱਥੋਂ ਪਲਾਨ ਕਰ ਰਹੇ ਬੱਚੇ ਉਹ ਪਲਾਨ ਨਹੀਂ ਕਰਨਗੇ ਜਦੋਂ ਕਾਲਜ ਇੱਥੇ ਸਾਨੂੰ ਟੈਕਨੀਕਲ ਐਜੂਕੇਸ਼ਨ ਮਿਲੇਗੀ ਤੇ ਜੇ ਕਿਤੇ ਪਲਾਨ ਕਰਨਗੇ ਵੀ ਤਾਂ ਵੱਡੇ ਦੇਸ਼ਾਂ ਜਾ ਕੇ ਵਧੀਆ ਕੰਮ ਕਰਨਗੇ ਔਰ ਦੂਸਰਾ ਜੋ ਚੱਬੇਵਾਲ ਦੇ ਲਈ ਇੱਕ ਵੱਡਾ ਹਸਪੀਟਲ ਲੈ ਕੇ ਆਉਣ ਦਾ ਐਲਾਨ ਕੀਤਾ ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਲੋਕਾਂ ਦੇ ਲਈ ਮੈਡੀਕਲ ਜਿਹੜੀ ਸਹੂਲਤ ਦੇਣੀ ਹੈ ਉਹ ਵੱਡੀ ਗੱਲ ਹੈ ਔਰ ਤੀਸਰੀ ਗੱਲ ਜੋ ਸ ਪਈ ਬਿਸਤ ਦਬਾਬ ਨਹਿਰ ਜਿਹੜੀ ਆ ਸਾਡੇ ਕੰਢੀ ਕਨਾਲ ਆਲਰੇਡੀ ਬਹੁਤ ਅੱਛਾ ਸਾਨੂੰ ਉਹਦਾ ਹੰਗਾਰਾ ਮਿਲ ਰਿਹਾ ਸਾਡੇ ਛੋਟੇ ਕਿਸਾਨ ਜਿਹੜੇ ਆ ਉਹ ਬਹੁਤ ਖੁਸ਼ ਹੈ ਪਰ ਉਸ ਦੇ ਨਾਲ ਨਾਲ ਜਿਹੜੀ ਬਿਸਤ ਦਬਾਬ ਨਹਿਰ ਦੋ ਨਹਿਰਾਂ ਲੰਘਦੀਆਂ ਔਰ ਜਿਹੜੀ ਦੂਸਰੀ ਨਹਿਰ ਉਸ ਨਹਿਰ ਤੋਂ ਜਿਹੜਾ ਉਹਨਾਂ ਨੇ ਸਾਡੇ ਜਿਹੜੇ ਕਿਸਾਨ ਵੀਰ ਹੈ ਉੱਥੇ ਆਲੇ ਦੋਲੇ ਤਿੰਨ ਚੌਥਾਈ ਕਿਸਾਨ ਜਿਹੜੇ ਆ ਉਹ ਸਾਡੇ ਉਸ ਬਿਸਤ ਦਬਾਬ ਨਹਿਰ ਦੇ ਆਲੇ ਦੋਲੇ ਰਹਿੰਦੇ ਆ ਸੋ ਉਹਨਾਂ ਨੂੰ ਜਿਹੜਾ ਪਾਣੀ ਦੇਣ ਦਾ ਸਿੰਚਾਈ ਦੇ ਪਾਣੀ ਦੇਣ ਦਾ ਜਿਹੜਾ ਐਲਾਨ ਕੀਤਾ ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਐਲਾਨ ਹੈ ਔਰ ਸਾਡੇ ਕਿਸਾਨਾਂ ਦੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਔਰ ਜਿੱਥੇ ਜਿਹੜੀ ਜਿਹੜਾ ਟਿਊਬਲਾਂ ਦਾ ਪਾਣੀ ਜਿਹੜਾ ਜਿੱਥੇ ਉਹ 8 8 9 9 ਘੰਟੇ ਲਗਾਤਾਰ ਮਿਹੜੀ ਸਪਲਾਈ ਉੱਥੇ ਇਹ ਐਲਾਨ ਦੇ ਨਾਲ ਕਿਸਾਨ ਵੀਰ ਜਿਹੜੇ ਬਹੁਤ ਖੁਸ਼ ਨੇ ਔਰ ਜੋ ਨੈਕਸਟ ਅਨਾਉਂਸਮੈਂਟ ਉਹਨਾਂ ਵੱਲੋਂ ਕੀਤੀ ਗਈ ਕਿ ਆਦਮਪੁਰ ਤੋਂ ਲੈ ਕੇ ਗੜਸ਼ੰਕਰ ਤੱਕ ਵਾਇਆ ਮੇਟੀਆਣਾ ਐਂਡ ਕੋਟਫੁੱਤੂ ਜਿਹੜਾ ਰੋਡ ਜਾਂਦਾ ਜਿਹੜੀ ਸੜਕ ਜਾਂਦੀ ਹੈ ਜਿਹੜੀ ਕਿ ਬਹੁਤ ਵਧੀਆ ਬਣੀ ਹੈ ਉਸ ਦੇ ਉਸ ਦਾ ਨਾਮ ਜਿਹੜਾ ਹੈ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਮ ਤੇ ਰੱਖਿਆ ਜਾਏਗਾ ਇਹ ਆਪਣੇ ਆਪ ਦੇ ਵਿੱਚ ਹੀ ਲੋਕਾਂ ਦੇ ਵਿੱਚ ਬਹੁਤ ਇਸ ਨੂੰ ਲੈ ਕੇ ਖੁਸ਼ੀ ਦੀ ਲਹਿਰ ਹੈ ਔਰ ਨੈਕਸਟ ਉਹਨਾਂ ਨੇ ਜੋ ਗੱਲ ਕੀਤੀ ਸਾਡੇ ਪਿੰਡਾਂ ਦੀ ਜਿਹੜੀ ਬਹੁਤ ਵੱਡੀ ਸਮੱਸਿਆ ਹੈ ਸਾਡੇ ਗੱਡੀਆਂ ਕਿਉਂਕਿ ਕਾਰਾਂ ਹਰ ਇੱਕ ਕੋਲ ਹੈ ਟਰੈਕਟਰਸ ਨੇ ਕਿਸਾਨੀ ਹੈ ਸੋ ਉਹ ਸੜਕਾਂ ਨੂੰ ਜੋ ਚੌੜਾ ਕਰਨ ਦਾ ਉਹ ਐਲਾਨ ਕਰਕੇ ਗਿਆ 18 ਫੁੱਟ ਚੌੜਾ ਕਰਨ ਦਾ ਜੋ ਐਲਾਨ ਕਰਕੇ ਗਏ ਉਹ ਉਹ ਵੀ ਕਿਸਾਨ ਉਹ ਵੀ ਸਾਡੇ ਲੋਕਾਂ ਦੇ ਲਈ ਹਲਕੇ ਦੇ ਲੋਕਾਂ ਲਈ ਬਹੁਤ ਵੱਡੀ ਰਾਹਤ ਹੈ ਔਰ ਉਸ ਦੇ ਵਿੱਚ ਵੀ ਉਹਨਾਂ ਨੇ ਖਾਸ ਐਲਾਨ ਇਹ ਕੀਤਾ ਕਿ ਜਿਹੜੀਆਂ ਗੁਰੂ ਘਰਾਂ ਨੂੰ ਜਾਣ ਵਾਲੀਆਂ ਸੜਕਾਂ ਤਾਂ ਕਿ ਸਾਡੇ ਜਿਹੜੇ ਸ਼ਰਧਾਲੂ ਉਨੂੰ ਕੋ ਪ੍ਰੋਬਲਮ ਲਾਵੇ ਉਹ ਵੀ ਜਿਹੜੀਆਂ 18 ਫੁੱਟ ਚੌੜੀਆਂ ਕੀਤੀਆਂ ਜਾਣਗੀਆਂ ਸੋ ਆਪਣੇ ਆਪ ਦੇ ਵਿੱਚ ਹੀ ਮੈਂ ਸਮਝਦਾ ਕਿ ਡਾਕਟਰ ਇਸ਼ਾਂਕ ਦੀ ਜਿਹੜੀ ਵਿਜਨ ਹੈ ਉਹਨਾਂ ਨੂੰ ਉਹਨੇ ਅਪਰੂਵ ਕੀਤਾ ਮੈਂ ਉਹਨਾਂ ਦਾ ਧੰਨਵਾਦ ਕਰਦਾ ਇਸ਼ਾਂਕ ਵੀ ਸਾਡੇ ਨਾਲ ਜੁੜੇ ਨੇ ਇਸ਼ਾਂਕ ਇੱਕ ਚਰਚਾ ਚੱਲ ਰਹੀ ਹੈ ਮੈਂ 12ਵੇਂ ਲੋਕਾਂ ਨਾਲ ਗੱਲ ਕਰ ਰਿਹਾ ਸੀ ਕਿ ਇਹ ਪਿਓ ਪੁੱਤ ਦੀ ਜੋੜੀ ਹੈ ਨਾ ਜਿਹੜੀ ਚੱਬੇਵਾਲ ਦੇ ਵਿੱਚ ਸ਼ਾਈ ਹੋਈ ਹੈ ਕਹਿੰਦੇ ਕਿ ਜਿੱਤ ਪਹਿਲੇ ਹੀ ਹੋ ਚੁੱਕੀ ਹੈ ਉਹ ਕਹਿੰਦੇ ਕਿ ਸਾਡੇ ਲਈ ਤਾਂ ਹੁਣੇ ਹੀ ਜਿੱਤੇ ਹੋਏ ਨੇ ਕਿਸ ਤਰ੍ਹਾਂ ਦਾ ਮਹਿਸੂਸ ਕਰਦੋ ਅਰਵਿੰਦ ਕੇਜਰੀਵਾਲ ਵੀ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਦੋ ਤਿੰਨ ਦਿਨ ਪਹਿਲਾਂ ਵੀ ਆਏ ਕੇ ਪਹਿਲੇ ਤੌਰ ਤੇ ਕੰਮ ਅਰਵਿੰਦ ਕੇਜਰੀਵਾਲ ਨੇ ਕਰੇ ਕਿ ਆਪ ਗਾਰੰਟੀ ਲੈ ਲਈ ਮੈਂ ਕਰਾ ਕੇ ਦਊਂ ਸਤਿ ਸ਼੍ਰੀ ਅਕਾਲ ਜੀ ਬਹੁਤ ਮਾਣ ਤੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਾਡੇ ਹਲਕਾ ਚੱਬੇਵਾਲ ਦੇ ਵਿੱਚ ਸਾਡੇ ਪਾਰਟੀ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਆਏ ਆ ਜਿਨ੍ਹਾਂ ਦੇ ਕਰਕੇ ਜੋ ਭਰਮਾ ਹੁੰਗਾਰਾ ਹੈ ਲੋਕਾਂ ਦੇ ਵਿੱਚ ਬਹੁਤ ਸਾਰਾ ਜੋਸ਼ ਬਹੁਤ ਸਾਰਾ ਜੋ ਉਤਸ਼ਾਹ ਹੈ ਉਹ ਦੇਖਣ ਨੂੰ ਮਿਲਿਆ ਹੈ ਤੇ ਜਿਹਦੇ ਰਣਮਈ ਤੇ ਡਾਕਟਰ ਰਾਜਕੁਮਾਰ ਚੱਬੇਵਾਲ ਸਾਡੇ ਮੈਂਬਰ ਪਾਰਲੀਮੈਂਟ ਹੁਸ਼ਿਆਰਪੁਰ ਨੇ ਉਹਨਾਂ ਨੇ ਇੰਨੇ ਕੰਮ ਕੀਤੇ ਆ ਹਲਕੇ ਦੇ ਵਿੱਚ ਸਾਡੀ ਸਰਕਾਰ ਨੇ ਇੰਨੇ ਕੰਮ ਕੀਤੇ ਆ ਪੰਜਾਬ ਦੇ ਵਿੱਚ ਜਿਹਦੇ ਕਰਕੇ ਜੋ ਰਿਸਪੌਂਸ ਬਹੁਤ ਅੱਛਾ ਬਹੁਤ ਇਹ ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਹੋ ਤੁਸੀਂ ਕਿ ਅੱਜ ਬੇਟਾ ਆ ਇਸ ਮੁਕਾਮ ਤੇ ਪਹੁੰਚਿਆ ਔਰ ਬੜੀ ਮਿਹਨਤ ਲੱਗਦੀ ਹੈ ਨਾ ਕਿ ਇਸ ਮੁਕਾਮ ਤੱਕ ਇੰਨਾ ਕਾਬਿਲ ਬਣਾਉਣਾ ਔਰ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੱਕ ਨੇ ਇਹ ਗੱਲ ਕਹਿ ਦਿੱਤੀ ਕਿ ਕਿ ਜਿਹੜਾ ਵਿਰਾਜ ਕੁਮਾਰ ਚੱਬੇਵਾਲ ਨੇ ਇਕੱਲੇ ਇਕੱਲੇ ਬੰਦਿਆਂ ਦੇ ਕੰਮ ਕੀਤੇ ਕਰੇ ਕਿ ਪਾਰਟੀ ਨਹੀਂ ਲੋਕੀ ਮੈਟਰ ਕਰਦੇ ਕਹਿੰਦੇ ਕਿ ਰਾਜ ਕੁਮਾਰ ਚੱਬੇਵਾਲ ਨੇ ਸਾਡੇ ਕੰਮ ਕੀਤੇ ਔਰ ਮੈਂ ਧੰਨਵਾਦੀਆਂ ਲੋਕਾਂ ਦਾ ਜੇ ਲੋਕਾਂ ਦੇ ਇਸ ਤਰ੍ਹਾਂ ਦੇ ਜਿਹੜੇ ਵੀਵਿਊਜ਼ ਨੇ ਰਿਵਿਊਜ਼ ਨੇ ਬਹੁਤ ਧੰਨਵਾਦ ਧੰਨਵਾਦ ਕਰਦਾ ਔਰ ਜਿਸ ਤੱਕ ਡਾਕਟਰ ਇਸ਼ਾਂਗ ਦਾ ਸਵਾਲ ਹੈ ਇਹ ਹੁਣ ਮੈਂ ਸਮਝਦਾ ਕਿ ਜਦੋਂ ਅਸੀਂ ਪਬਲਿਕ ਸਰਵਿਸ ਚ ਆ ਗਏ ਆ ਲੋਕ ਸੇਵਾ ਚ ਆ ਗਏ ਆ ਤੇ ਇਹ ਡਾਕਟਰ ਰਾਜ ਦਾ بیٹਾ ਨਹੀਂ ਪੂਰੇ ਹਲਕੇ ਦਾ بیٹਾ ਹੈ ਸੋ ਪੂਰੇ ਹਲਕੇ ਦੀ ਇਹ ਸੇਵਾ ਕਰੇਗਾ ਤੇ ਲੋਕ ਵੀ ਖੁਸ਼ ਨੇ ਕਿਉਂਕਿ ਮਿਹਨਤੀ ਹੈ ਈਮਾਨਦਾਰ ਹੈ ਔਰ ਲੋਕਾਂ ਨੂੰ ਜਿਸ ਤਰ੍ਹਾਂ ਦੀ ਆਮ ਆਦਮੀ ਪਾਰਟੀ ਦੇ ਲੀਡਰ ਤੋਂ ਉਮੀਦ ਹੈ ਉਹ ਉਸ ਉਹਨਾਂ ਦੀਆਂ ਉਮੀਦਾਂ ਦੇ ਵਿੱਚ ਬਹੁਤ ਖਰਾ ਉਤਰਨਗੇ ਫਿੱਟ ਬੈਠਣਗੇ ਕੁਝ ਇਸ਼ਾਨ ਕੋਈ ਲੋਕਾਂ ਤੱਕ ਕੋਈ ਮੈਸੇਜ ਪਹੁੰਚਾਉਣਾ ਚਾਹੂੰਗਾ ਮੈਂ ਮੈਸੇਜ ਇਹ ਹੀ ਪਹੁੰਚਾਉਣਾ ਚਾਹੂੰਗਾ ਕਿ ਜੋ 20 ਨਵੰਬਰ 2024 ਨੂੰ ਜੋ ਚੋਣਾਂ ਦਾ ਦਿਨ ਹੈ ਮੈਂ ਇਹ ਉਮੀਦ ਕਰਦਾ ਜਿਸ ਤਰ੍ਹਾਂ ਤੁਸੀਂ ਪਹਿਲਾਂ ਚੱਬੇਵਾਲ ਹਲਕੇ ਨੂੰ ਵਿਕਾਸ ਦੇ ਰਾਹਤੇ ਤੇ ਲੈ ਕੇ ਆਏ ਆ ਉਸੇ ਤਰ੍ਹਾਂ ਹੀ ਹੁਣ ਵੀ ਜੋ 1 ਨੰਬਰ ਦਾ ਬਟਨ ਝਾੜੂ ਦਾ ਬਟਨ ਦਬਾ ਕੇ ਚੱਬੇਵਾਲ ਦਾ ਵਿਕਾਸ ਦੁੱਗਣੀ ਸਪੀਡ ਤੇ ਕਰਾਉਂਗੇ ਬਿਲਕੁਲ ਹਾਂਜੀ ਬਹੁਤ ਮੁਬਾਰਕਬਾਦ ਦਿੰਦਾ ਹਾਂ ਸਰਵਜੀਤ ਸਿੰਘ ਜੀ ਨੂੰ ਕਿ ਇਹਨਾਂ ਨੇ ਬਹੁਤ ਵੱਡਾ ਮੁਕਾਮ ਕਿਉਂ 골ਡ ਮੈਡਲ ਹਾਸਲ ਕਰਨਾ ਕੋਈ ਛੋਟੀ ਗੱਲ ਨਹੀਂ ਔਰ ਸਾਡੇ ਕੋਚ ਸਾਫ ਸਾਡੇ ਸਰਵਜੀਤ ਰਾਏ ਜੀ ਜਿਨ੍ਹਾਂ ਦੇ ਅਸ਼ੀਰਵਾਦ ਨਾਲ ਇਹ ਜਿਹੜਾ ਇਹਨਾਂ ਨੂੰ ਇਹ ਮਿਲਿਆ ਮੈਡਲ ਮਿਲੇ ਆ ਪ੍ਰਾਪਤੀ ਹੋਈ ਹੈ ਕਿਉਂਕਿ ਕੋਚ ਤੋਂ ਬਗੈਰ ਕਹਿੰਦੇ ਹੁੰਦੇ ਗੁਰੂ ਬਿਨਾ ਗਤ ਨਹੀਂ ਤੇ ਸਾਹ ਬਿਨਾ ਪਤ ਨਹੀਂ ਸੋ ਗੁਰੂ ਬਿਨਾ ਗਤੀ ਨਹੀਂ ਗੁਰੂ ਨੂੰ ਵੀ ਬਹੁਤ ਬਹੁਤ ਮੁਬਾਰਕ ਇਦਾਂ ਦੇ ਨੌਜਵਾਨਾਂ ਲਈ ਕੁਝ ਖਾਸ ਉਪਰਾਲਾ ਕਰੋਂਗੇ ਆਉਣ ਵਾਲੇ ਸਮੇਂ ਵਿੱਚ ਸਾਡੇ ਇਸ ਤਰ੍ਹਾਂ ਦੇ ਨੌਜਵਾਨਾਂ ਲਈ ਜਿਸ ਤਰ੍ਹਾਂ ਮਾਨਯੋਗ ਕੇਜਰੀਵਾਲ ਜੀ ਵੀ ਐਲਾਨ ਕਰਕੇ ਕਿ ਇੰਡਸਟਰੀ ਲੈ ਕੇ ਆਈ ਜਾਏਗੀ ਤੇ ਖਾਸ ਤੌਰ ਤੇ ਯੂਥ ਕੇਂਦਰ ਤੇ ਇੰਡਸਟਰੀ ਔਰ ਸਾਡੀਆਂ ਮਹਿਲਾਵਾਂ ਦੇ ओरिएंटेड ਇੰਡਸਟਰੀ ਔਰ ਇਸ ਤੋਂ ਇਲਾਵਾ ਐਗਰੀਕਲਚਰ ਬੇਸਡ ਇੰਡਸਟਰੀ ਜਿਹੜੀ ਹੈ ਉਹ ਲੈ ਕੇ ਆਈ ਜਾਏਗੀ ਤਾਂ ਕਿ ਸਾਡੇ ਬੱਚੇ ਇੱਥੇ ਨੌਕਰੀ ਰੋਜ਼ ਆਖਰੀ ਸਵਾਲ ਹੈ ਮੇਰਾ ਰਾਣਾ ਗੁਰਜੀਤ ਕਹਿੰਦੇ ਕਿ ਅਗਰ ਰਾਜਕੁਮਾਰ ਚੱਬੇਵਾਲ ਵਾਪਸ ਵੀ ਆਣਾ ਚਾਹਣ ਤਾਂ ਉਹਨਾਂ ਦੀ ਐਂਟਰੀ ਜਿਹੜੀ ਹੈ ਮੈਂ ਵਿਰੋਧ ਕਰੂੰਗਾ ਜੀ ਜੀ ਦਾ ਮੈਂ ਪਹਿਲਾਂ ਵੀ ਕਿਹਾ ਕਿ ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਨੇ ਮੈਂ ਉਹਨਾਂ ਦਾ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਉਹਨਾਂ ਦਾ ਸਤਿਕਾਰ ਕਰਦਾ ਔਰ ਮੈਂ ਉਹਨਾਂ ਦੇ ਬਿਆਨ ਦੇ ਖਿਲਾਫ ਕੁਝ ਬੋਲਣਾ ਨਹੀਂ ਚਾਹਦਾ ਮੈਂ ਬਿਆਨ ਨਹੀਂ ਦੇਣਾ ਚਾਹਦਾ ਪਰ ਮੈਂ ਵੱਡੇ ਭਰਾ ਨੇ ਮੈਂ ਉਹਨਾਂ ਨੂੰ ਜ਼ਰੂਰ ਕਹਿਣਾ ਚਾਹੁੰਦਾ ਕਿ ਉਹਨਾਂ ਨੇ ਵੀ ਕਿਹਾ ਕਹਿੰਦੇ ਵੀ ਜਿਹੜੇ ਗੈਰਤਮੰਦ ਇਨਸਾਨ ਹੁੰਦੇ ਉਹ ਵਾਪਸ ਨਹੀਂ ਆਉਂਦੇ ਸੋ ਇਹ ਆ ਭਈ ਗੈਰਤ ਹੈ ਵਾਹਿਗੁਰੂ ਦੀ ਵਾਹਿਗੁਰੂ ਦੇ ਅਸ਼ੀਰਵਾਦ ਸਦਕਾ ਬਹੁਤ ਅੱਛਾ ਹੈ ਇੱਥੇ ਰਵਾਂਗੇ ਕੰਮ ਕਰਾਂਗੇ ਲੋਕਾਂ ਦਾ ਪਿਆਰ ਲਵਾਂਗੇ ਔਰ ਸਾਰੇ ਇਲੈਕਸ਼ਨ ਜਿੰਨੇ ਵੀ ਆਣਗੇ ਸਭ ਜਿੱਤਾਂਗੇ ਬਹੁਤ ਬਹੁਤ ਧੰਨਵਾਦ ਤੇ ਪਿਓ ਪੁੱਤ ਦੀ ਜੋੜੀ ਆ ਰਾਜਕੁਮਾਰ ਚੱਬੇਵਾਲ ਜੀ ਦਾ ਇਨਸ਼ਾਂਕ ਜਿਹੜੇ ਚੱਬੇਵਾਲ ਤੋਂ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਉਹਨਾਂ ਨਾਲ ਗੱਲਬਾਤ ਕੀਤੀ ਆ ਔਰ ਸਾਰੀ ਗੱਲਬਾਤ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ